ਗੁਰੂ ਸੰਤੁਸ਼ਟ ਕਰੇ ਨਾ ਬੰਦਾ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦਾ। ਤੁਹਾਨੂੰ ਵੀ ਬਧਾਈਆਂ ਦਾ ਕੋਈ ਆਇਆ ਨਹੀਂ ਫੋਨ ਬਾਜੀ ਘਰੇ? ਮੇਰੇ ਨਾਲ ਤਾਂ ਕੋਈ ਜੇ ਨਾਰਾਜ਼ ਹੈ ਮੈਂ ਤਾਂ ਉਹ ਵੀ ਨਹੀਂ ਗਿਣਦਾ। ਜੇ ਮੇਰੇ ਸਾਹਮਣੇ ਆ ਕੇ ਕਹਿ ਰਹੇ ਤੂੰ ਬਹੁਤ ਮਾੜਾ, ਮੇਰੇ ਕੋਲ ਸੱਤ ਵਚਨ ਨਹੀਂ ਨਹੀਂ ਵਧਾਈਆਂ, ਮੈਂ ਕਹਿੰਦਾ ਸਾਰੀ ਚੀਜ਼ ਦਾ ਸੱਤ ਵਚਨ ਮੈਂ ਹੁਣ ਕਿਹਦੀ ਕਿਹਦੀ ਦੱਸਾਂ। ਬਹੁਤ ਗੁਰੂ ਦੀ ਕਿਰਪਾ ਹੋਈ ਹੈ, ਤੁਹਾਨੂੰ ਉਮੀਦ ਹੈ ਵੀ ਕਿਸੇ ਨੇ, ਤੁਸੀਂ ਸਭ ਤੋਂ ਵੱਡੇ ਖੋਜੀ ਤੁਸੀਂ ਹੋ, ਤੁਸੀਂ ਦੱਸ ਲਓ ਵੀ ਕਿੰਨੀਆਂ ਗਾਲਾਂ ਆਈਆਂ ਨੇ, ਕਿੰਨੀਆਂ ਲਿਹਾਜ਼ਾਂ ਆਈਆਂ ਨੇ, ਤੁਸੀਂ ਦੇਖ ਲਓ। ਕਿਉਂਕਿ ਅੱਜ ਕੱਲ੍ਹ ਤਾਂ ਬੜਾ ਪੁੱਠਾ ਕੰਮ ਹੈ ਸੋਸ਼ਲ ਮੀਡੀਆ, ਮੈਂ ਤਾਂ ਝਾਕਦਾ ਹੀ ਨਹੀਂ, ਨਾ ਮੈਂ ਟੈਲੀਫੋਨ ਸੁਣਾ, ਨਾ ਮੈਂ ਗਾਲ ਕਰਨ 'ਚ ਪਾਵਾਂ। ਮੈਂ ਤਾਂ ਕਹਿਣਾ ਵੀ ਅੱਗੇ ਵਧੀ ਜਾਓ ਨਾ, ਇੱਧਰ ਝਾਕੋ ਰਹੇ। ਬਾਦ ਸਾਹਿਬ ਤੋਂ ਮੈਂ ਜ਼ਿੰਦਗੀ 'ਚ ਇਹ ਸਿੱਖਿਆ, ਮੈਂ ਛੋਟਾ ਸੀ ਬੜਾ, 18-20 ਸਾਲ ਛੋਟਾ ਸੀ ਉਹਨਾਂ ਉਮਰ 'ਚ। ਕਈ ਵਾਰੀ ਸਾਥੀ ਕਹਿੰਦੇ, ਜਿਵੇਂ ਚਿੰਦਰ ਸਾਹਿਬ ਨੇ ਮੈਨੂੰ ਕਹਿੰਦੇ ਵੀ ਐਂ ਨਹੀਂ ਐਂ ਕਰਨਾ, ਤਾਂ ਮੈਨੂੰ ਕਹਿੰਦੇ ਸਾਹਿਬ ਤੂੰ ਕਹਿ। ਮੈਂ ਕਦੀ ਕਹਿੰਦਾ ਤਾਂ ਮੈਨੂੰ ਕਹਿੰਦੇ ਭੁੱਖ ਸਾਹਿਬ ਤੁਸੀਂ ਤਜਰਬਾ ਜੀ ਘੱਟ ਹੈ, ਨਾ ਇੱਧਰ ਝਾਕੋ ਨਾ ਇੱਧਰ ਝਾਕੋ, ਆਪਣਾ ਕੰਮ ਅੱਗੇ ਵੱਧ ਕੇ ਕੰਮ ਕਰਨਾ, ਆਪੇ ਬਾਕੀ ਪਿੱਛੇ ਰਹਿਣਗੇ। ਆਪਾਂ ਕੰਮ ਕਰਕੇ ਅੱਗੇ ਵਧੀਏ, ਆਪਾਂ ਦੂਜੇ ਦੀ ਵੱਟ ਨਾ ਵਾਹੀਏ, ਦੂਜੇ ਦੀ ਫਸਲ ਦਾ ਨੁਕਸਾਨ ਨਾ ਕਰੀਏ, ਆਪਣੀ ਫਸਲ ਜ਼ੋਰ ਲਾ ਕੇ ਕਰੀਏ ਅਤੇ ਉਹ 'ਚ ਵੱਧ ਪੈਦਾ ਕਰੀਏ। ਸਿੱਧਾ ਬਹੁਤ ਲੰਬਾ ਕੈਰੀਅਰ ਆ, ਕਿਆ ਤੁਸੀਂ ਜਿਹੜੀ ਪ੍ਰਧਾਨਗੀ ਮਿਲੀ ਹੈ ਇਹਨੂੰ ਪਾ ਕੇ ਕੈਸਾ ਮਹਿਸੂਸ ਕਰ? ਦੇਖੋ ਮੈਂ ਤਾਂ ਹੱਥ ਬੰਨੇ ਸੀ ਨਾਲ ਬੈਠੇ ਮੇਰੇ, ਮੈਂ ਜ਼ਿਆਦਾ ਨਹੀਂ ਕਹਿਣਾ, ਇਹਨਾਂ ਨੇ ਬਹੁਤ ਕੁਛ ਕਹਿਤਾ, ਮੈਂ ਹੱਥ ਬੰਨੇ ਸੀ। ਲੇਕਿਨ ਅਖੀਰ ਇਹਨੇ ਕਿਹਾ ਕਿ ਸਾਡਾ ਹੁਕਮ ਹੈ, ਪ੍ਰਧਾਨ ਜੀ ਤੋਂ ਬਾਅਦ ਇਹਨਾਂ ਨੇ ਕਿਹਾ ਸਾਰਿਆਂ ਨੇ, ਸਾਡਾ ਹੁਕਮ ਹੈ ਸੱਤ ਵਚਨ। ਬਹੁਤ ਔਖਾ ਕੰਮ ਹੈ, ਬੜੀ ਵੱਡੀ ਸੇਵਾ ਹੈ, ਮੈਂ ਇਹਨੂੰ ਪੌਦਾ ਨਹੀਂ ਸਮਝਦਾ, ਮੈਂ ਇਹਨੂੰ ਸੇਵਾ ਸਮਝਦਾ। ਪਰ ਪਾਵਰ ਮਿਲੀ ਹੈ ਜੀ ਪੂਰੀ? ਨਾ ਕੋਈ, ਮੈਂ ਇਹਨੂੰ ਪਾਵਰ ਨਹੀਂ ਸਮਝਦਾ, ਮੈਂ ਇਹਨੂੰ ਔਖਾ ਸਮੇਂ ਦੀ ਸੇਵਾ ਸਮਝਦਾ ਅਤੇ ਗੁਰੂ ਤੋਂ ਆਸ਼ੀਰਵਾਦ ਮੰਗਦਾ ਅਤੇ ਇੱਕ ਆਹ ਸੰਗਤ ਤੋਂ ਮੰਗਣਾ। ਸੰਗਤ ਗੁਰੂ ਦੀ ਹੈ ਅਤੇ ਗੁਰੂ ਸਭ ਦਾ ਗੁਰੂ ਹੈ, ਇਸ ਕਰਕੇ ਉਹ ਆਸ਼ੀਰਵਾਦ ਦੇਵੇ, ਅਸੀਂ ਸਾਤੋਂ ਗਲਤੀ ਨਾ ਹੋਵੇ, ਕੰਮ ਕਰਨ ਦੀ ਸ਼ਕਤੀ ਹੋਵੇ। ਗਲਤੀਆਂ ਕਰਾਂਗੇ, ਚੰਗਾ ਹੋਏਗਾ ਤਾਂ ਗੁਰੂ ਮਹਾਰਾਜ ਤੇ ਸੰਗਤ ਕਰੇਗੀ। ਇਹ ਵੀ ਸਾਰੇ ਜਦੋਂ ਬੈਠ ਕੇ ਰਾਏ ਕਰਾਂਗੇ, ਜੋ ਏਜੰਡਾ ਤੈਅ ਹੋਏਗਾ ਉਹਦੇ ਮੁਤਾਬਕ ਚੱਲੇਗਾ। ਮੈਂ ਇਕੱਲਾ ਤਾਂ ਫਿਰ ਫੈਸਲਾ ਤਾਂ ਗਲਤ ਹੋ ਜੂਗਾ, ਮੈਂ ਤਾਂ ਡਿਕਟੇਟਰ ਬਣ ਜੂ, ਇਸ ਕਰਕੇ ਸਾਥੀ ਨਹੀਂ ਰਹੇ। ਜੋ ਗੁਰੂ ਕਰਦਾ ਸਭ ਠੀਕ ਕਰਦਾ, ਕਦੇ ਵੀ ਗੁਰੂ ਦੇ ਕਹੇ ਨੂੰ ਇਹ ਨਾ ਕਹੋ ਗਲਤ, ਉਹਨੂੰ ਕੋਈ ਸੱਤ ਵਜੇ। ਮੈਂ ਤਾਂ ਇੱਕ ਚੀਜ਼ ਜ਼ਿੰਦਗੀ ਸਿੱਖੀ, ਗੁਰਬਾਣੀ ਵੀ ਸਾਨੂੰ ਇਹੀ ਸਮਝਾਉਂਦੀ ਹੈ, ਸੁਖੀ ਵਸੇ ਮਸਕੀਨੀ ਆਪ ਨਮਾਰ ਤਲੇ, ਬੜੇ ਬੜੇ ਹੰਕਾਰੀਆਂ ਨਾਰ ਗਰਮ ਕਰੇ। ਕੋਈ ਚੀਜ਼ ਦਾ ਹੰਕਾਰ ਨਾ ਕਰੋ, ਔਰੰਗਜ਼ੇਬ ਵਰਗਿਆਂ ਦੇ ਟੁੱਟ ਗਏ। ਇਸ ਕਰਕੇ ਨੀਵੀਂ ਪਾ ਕੇ ਚੱਲੋ, ਗੁਰੂ ਤੋਂ ਆਸ਼ੀਰਵਾਦ ਲਓ, ਆਹ ਦੋ ਗੱਲਾਂ ਸਿੱਖੀਆਂ, ਇਹੀ ਗੁਰੂ ਕਿਰਪਾ ਕਰੇ, ਇਹ ਤੋਂ ਡੋਲਣ ਨਾ ਦੇ। ਫਿਰ ਵੀ ਬਾਦਲ ਜੀ ਨੂੰ ਸਭ ਤੋਂ ਪਹਿਲਾਂ ਤਾਂ ਜੋ ਪ੍ਰਧਾਨ ਸਾਹਿਬ ਨੇ ਪਾਰਟੀ ਦੇ ਜੋ ਸਾਰੇ ਸੀਨੀਅਰ ਸਾਥੀ ਸੀ, ਕੱਲ੍ਹ ਉਹਨਾਂ ਨੇ ਰਾਏ ਕਰਕੇ, ਇਹ ਬੜੀ ਜ਼ਿੰਮੇਵਾਰੀ ਅਤੇ ਔਖੀ ਸੇਵਾ ਸੀ, ਇਹ ਮੇਰੇ ਜ਼ਿੰਮੇ ਲਾਈ। ਜਦੋਂ ਸਾਰੇ ਸਾਥੀਆਂ ਨੇ ਮਿਲ ਕੇ ਕਿਹਾ ਤਾਂ ਮੈਨੂੰ ਸਿਰ ਝੁਕਾਉਣਾ ਪਾਰਟੀ ਵਾਸਤੇ ਮੇਰਾ ਫਰਜ਼ ਬਣਦਾ ਸੀ। ਉਹ ਸਿਰ ਝੁਕਾਉਂਦਾ ਹੋਇਆ ਇਹ ਸੇਵਾ ਦੇ ਵਾਸਤੇ, ਗੁਰੂ ਤੋਂ ਆਸ਼ੀਰਵਾਦ ਲੈਣ ਵਾਸਤੇ ਪਹਿਲਾਂ ਅਨੰਦਪੁਰ ਸਾਹਿਬ ਗਏ, ਅਸੀਂ ਗੁਰੂ ਤੋਂ ਆਸ਼ੀਰਵਾਦ ਲਏ। ਅਤੇ ਰਸਤੇ 'ਚ ਇਹ ਵੀ ਗੁਰੂ ਦਾ ਵੱਡਾ ਸਥਾਨ ਹੈ, ਇਹ ਜਗ੍ਹਾ ਆਈ, ਇੱਥੇ ਮੱਥਾ ਟੇਕਿਆ, ਗੁਰੂ ਤੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਅਨੰਦਪੁਰ ਸਾਹਿਬ ਸਾਰੇ ਸਾਥੀਆਂ ਨਾਲ ਜਾਣਾ, ਇਸ ਕਰਕੇ ਪਹਿਲਾਂ ਸਾਡਾ ਇਹ ਕੰਮ। ਕੁਦਰਤੀ ਫੈਸਲਾ ਜਿਹੜਾ ਕਿ ਤਰੀਕ ਅੱਜ ਸੀ, ਉਹਦਾ ਫੈਸਲਾ ਉਹਨੇ ਸੁਣਾਇਆ।
ਜੋ ਫੈਸਲਾ ਸੁਣਾਇਆ ਹੈ, ਜੋ ਗੁਰੂ ਦਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਉਹ ਅਕਾਲ ਤਖ਼ਤ ਨੂੰ ਸਰਵੋਤਮ ਮੰਨਦਾ, ਉੱਥੋਂ ਜੋ ਫੈਸਲਾ ਆਉਂਦਾ ਉਹ ਸਦਾ ਸਿਰ ਝੁਕਾਉਂਦਾ। ਅਸੀਂ ਕਦੇ ਸੋਚ ਹੀ ਨਹੀਂ ਸਕਦੇ ਕਿ ਅਸੀਂ ਉਸ ਹੌਸਲੇ 'ਤੇ ਕੋਈ ਕਿੰਤੂ ਕਰੀਏ, ਕੋਈ ਇਹ ਕਹੀਏ ਕਿ ਆਏ ਨਹੀਂ ਉਹ ਹੈ। ਇਸ ਕਰਕੇ ਜੋ ਫੈਸਲਾ ਆਇਆ ਪ੍ਰਧਾਨ ਸਾਹਿਬ ਪਹਿਲਾਂ ਹੀ ਲਿਖ ਕੇ ਦੇ ਕੇ ਆਏ ਨੇ, ਉਹਨਾਂ ਨੇ ਆਪਣੇ ਲਿਖਤ ਦੇ ਵਿੱਚ ਹੀ ਕਹਿਤਾ ਸੀ ਕਿ ਜੋ ਹੋਇਆ ਜਾਣੇ ਅਣਜਾਣੇ ਸਰਕਾਰ ਤੋਂ ਹੋਇਆ ਪਾਰਟੀ ਤੋਂ ਹੋਇਆ ਮੈਂ ਸਾਰਾ ਆਪਣੀ ਝੋਲੀ 'ਚ ਪਾਉਂਦਾ ਅਤੇ ਝੋਲੀ 'ਚ ਪਾ ਕੇ ਗੁਰੂ ਪਾਸੋਂ ਆਸ਼ੀਰਵਾਦ ਮੰਗਦਾ ਕਿ ਜੋ ਮੈਨੂੰ ਸੇਵਾ ਮਨਜ਼ੂਰ ਹੈ। ਫਿਰ ਉਸ ਤੋਂ ਬਾਅਦ ਅੱਜ ਤਾਂ ਕੋਈ ਸਵਾਲ ਹੀ ਨਹੀਂ ਕਿ ਉਸ ਪੈਸੇ 'ਤੇ ਕੋਈ ਪ੍ਰਧਾਨ ਦੀ ਜਾਂ ਅਸੀਂ ਕੋਈ ਕਿੰਤੂ ਕਰੀਏ, ਨਾ ਕਰ ਸਕਦੇ ਹਾਂ, ਨਾ ਕਰੀਏ ਅਤੇ ਨਾ ਕਦੇ ਆਉਣ ਵਾਲੀ ਜ਼ਿੰਦਗੀ ਕਰੀਏ। ਸਭ ਉਹਦੇ ਹੁਕਮ ਨੇ, ਉਹਦੇ ਨਾਲ ਸਾਰਾ ਸੰਸਾਰ ਚੱਲਦਾ। ਸੋ ਹੱਥ ਬੰਨ ਕੇ ਸਿਰ ਝੁਕਾ ਕੇ ਸਿਰ ਬੱਚੇ। ਇਹ ਸਾਡੀ ਲੜਾਈ ਹੈ ਦਿੱਲੀ ਨਾਲ, ਇੱਥੇ ਸਾਡੇ ਗੁਰੂ ਲੜਦੇ ਰਹੇ, ਇੱਥੇ ਸਾਡੇ ਬਜ਼ੁਰਗ ਲੜਦੇ ਰਹੇ। ਅਸੀਂ ਬੜਾ ਦਿੱਲੀ ਵਾਸਤੇ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ, ਤੱਤੀਆਂ ਤਵੀਆਂ 'ਤੇ ਬੈਠੇ, ਸੀਸ ਵੀ ਭੇਟ ਕੀਤੇ, ਪਰਿਵਾਰ ਵੀ ਭੇਟ ਕੀਤੇ, ਲੇਕਿਨ ਦਿੱਲੀ ਤੱਕ ਨੂੰ ਤਰਸ ਨਹੀਂ ਆਇਆ। ਅੱਜ ਵੀ ਸਾਡੇ ਬਜ਼ੁਰਗਾਂ ਨੇ ਵੀ ਬੜੀ ਕੁਰਬਾਨੀ ਕੀਤੀ ਅੰਗਰੇਜ਼ ਵੇਲੇ, ਅਸੀਂ ਵੀ 70 ਸਾਲ ਦੇ ਲੜੇ ਹੁੰਦੇ ਹਾਂ। ਐਂ ਵਰਗੇ ਅਸੀਂ ਵੇਲੇ ਮੈਂ ਮੇਲੇ ਸੀ, ਹੱਥ ਖੜੀਆਂ ਲਾ ਕੇ ਮੈਂ ਪੇਸ਼ ਹੁੰਦਾ ਰਿਹਾ, ਸਾਰੀ ਦੁਨੀਆ ਫੜ ਲਈ ਸੀ, ਅਸੀਂ ਨਹੀਂ ਫੜੇ, ਲੇਕਿਨ ਇਹ ਸਾਰੇ ਲੋਕ ਜੇਲ੍ਹਾਂ 'ਚ ਗਏ ਸੀ ਜਿਹੜੇ ਵੱਡੇ ਬਜ਼ੁਰਗ ਨੇ ਇਹਨਾਂ ਤੋਂ, ਕਿਉਂਕਿ ਦੇਰ ਹੋ ਗਈ, ਇਹਨਾਂ 'ਚ ਕੋਈ ਹੋਏਗਾ ਉਹਨਾਂ 'ਚੋਂ। ਸੋ ਲੇਕਿਨ ਦਿੱਲੀ ਸਾਡੇ ਨਾਲ ਬੇਇਨਸਾਫੀ ਕਰਨ ਨੂੰ ਹੱਟ ਨਹੀਂ ਰਹੀ, ਅਤੇ ਮੈਂ ਸਾਰੇ ਸਾਥੀਆਂ ਨੂੰ ਕਹਾਂਗੇ, ਭਰਾਵੋ ਪਰਿਵਾਰ 'ਚ ਜੇ ਆਪਾਂ ਇੱਕ ਪਰਿਵਾਰ ਕਹਿੰਦੇ ਹਾਂ, ਪਰਿਵਾਰ ਦੇ ਵਿੱਚ ਰਹਿਆਂ ਵੱਖ ਹੋ ਸਕਦੀ ਹੈ, ਕਿਸੇ ਕੰਮ ਕਰਨ ਵਾਲੇ ਬੰਦੇ ਤੋਂ ਕੋਈ ਕਮੀ ਰਹਿ ਸਕਦੀ ਹੈ, ਲੇਕਿਨ ਪਰਿਵਾਰ ਤਾਂ ਚੱਲਦਾ ਜੇ ਅਸੀਂ ਇੱਕ ਬਾਤੋਂ ਉਸ ਕਮੀ ਨੂੰ ਭੁੱਲੀਏ। ਜਿਹੜੀ ਦੁਸ਼ਮਣ ਜਿੱਥੋਂ ਵਾਰ ਕਰ ਰਹੇ ਉਹ ਦੁਸ਼ਮਣ ਨੂੰ ਲਗੂ ਕਰੀਏ, ਇਹ ਮੇਰੀ ਸਾਰਿਆਂ ਨੂੰ ਬੇਨਤੀ। ਪੰਜਾਬ ਦੀ ਸਰਕਾਰ ਦੀ ਵਰਕੀ ਨੂੰ ਲੈ ਜਨਤਾ ਜਾਣਦੇ, ਮੈਂ ਕੀ ਰਹਿ ਜਾਂਦਾ, ਮੇਰੀ ਰਾਇ ਕਿਹੜਾ ਮੰਨੀ ਜਾਂਦੀ ਹੈ, ਜਨਤਾ ਹੀ ਫੈਸਲੇ ਕਰੇ। ਇਹ ਇੱਕ ਚੀਜ਼ ਮੈਂ ਦੱਸਦਾ, ਮੇਰੀ ਰਾਇ ਕੋਈ ਨਹੀਂ, ਮੈਂ ਇੰਨੀ ਗੱਲ ਪੁੱਛਦਾ ਕਿ ਕੱਲ੍ਹ ਹੀ 650 ਕਰੋੜ ਦਾ ਪ੍ਰੋਜੈਕਟ ਸੀ ਬੁੱਢੇ ਨਾਲੇ ਦਾ, ਉਹਦੇ ਨੀਂਹ ਪੱਥਰ 'ਤੇ ਮੁੱਖ ਮੰਤਰੀ ਅਤੇ ਉਸੇ ਮਿਲ ਦੀ ਫੋਟੋ ਸੀ, ਜਿਹੜਾ ਆਪ ਪਹਾੜਿਆਂ ਨਾਲ ਉਹਨੂੰ ਵੱਢ ਰਿਹਾ ਸੀ। ਇੱਕ ਗੱਲ, ਵਿਜੇ ਕੁੰਵਰ ਪ੍ਰਤਾਪ ਜਿਹੜਾ ਕਿ ਆਈ ਜੀ ਦੀ ਰਿਟਾਇਰਮੈਂਟ ਲੈ ਕੇ ਇਹਨਾਂ ਦਾ MLA ਬਣ ਗਿਆ, ਉਹ ਪੋਸਟਾਂ ਪਾਉਂਦਾ, ਉਹਨੂੰ ਸੰਬਣ ਹੋ ਗਏ। ਇਹ ਦੋ ਗੱਲਾਂ ਤੋਂ ਤੁਸੀਂ ਲੋਕ ਰਾਇ ਲੈ ਲਓ, ਸਾਡੀ ਰਾਇ ਲਓ, ਕੀ ਵਿਚਾਰ ਹੈ, ਇਹ ਉਹਨਾਂ ਦੀ ਪਾਰਟੀ ਹੈ, ਅਸੀਂ ਤਾਂ ਪਾਰਟੀ ਹੈ ਨਹੀਂ। ਅਸੀਂ ਤਾਂ ਲੋਕਾਂ ਨੂੰ ਵੀ ਕਹਿੰਦੇ ਸੀ, ਭਾਈ ਇਹ ਜਿਹੜੇ ਵਾਅਦੇ ਨੇ ਅਮਰਿੰਦਰ ਸਿੰਘ ਦੇ 7-5 ਸਾਲ ਦੇ ਵਾਅਦਿਆਂ 'ਚੋਂ ਜੀਰੋ ਵੀ ਨਹੀਂ ਨਿਕਲੀ, ਇਹਨਾਂ ਦੇ ਵਾਅਦਿਆਂ 'ਚੋਂ ਵੀ 2.5 ਸਾਲ ਹੋ ਗਏ ਜੀਰੋ ਨਹੀਂ ਨਿਕਲ ਰਹੇ। ਦਿਨ ਬ ਦਿਨ 7 ਸਾਲ ਹੋ ਗਏ, 7.5 ਸਾਲ ਸਾਨੂੰ ਗਿਆ ਨੂੰ, 7,000 ਕਮੀ ਰਹੀ ਹੋ ਇਨਸਾਨ, ਸਾਡੀ ਸਰਕਾਰ ਤੋਂ 1,000 ਕਮੀਆਂ ਰਹੀਆਂ ਹੋਈਆਂ, ਲੇਕਿਨ ਉਸ ਤੋਂ ਬਾਅਦ 1 ਇੰਚ ਅੱਗੇ ਤੁਰੇ ਦਿਖਾ ਦਿਓ 7 ਸਾਲਾਂ 'ਚ, ਕਿਸੇ ਪੁਆਇੰਟ 'ਤੇ ਕੋਈ ਕਹਿੰਦੇ ਕਿ ਆਹ ਥੋਤੋਂ ਚੰਗਾ ਕੰਮ ਕਰ ਗਿਆ, ਅਸੀਂ ਉਹਨੂੰ 7 ਵਚਨ ਕਹਿ ਦਿਆਂਗੇ। ਅਸੀਂ ਇਹਨਾਂ ਵਾਂਗੂ ਨਿੰਦਿਆ ਨਹੀਂ ਕਰਦੇ ਵੀ ਉਹਨਾਂ ਨੇ ਕਰਤਾ, ਉਹਨਾਂ ਨੇ ਕਰ ਸਕਿਆ ਚੰਗਾ ਕਰਤਾ, ਚਿੱਟਾ ਘਟਿਆ ਦੱਸ ਦਿਓ, ਰੇਤਾ ਘਟਿਆ ਦੱਸ ਦਿਓ, ਬਜਰੀ ਘਟੀ ਦੱਸ ਦਿਓ, ਰਿਸ਼ਵਤ ਘਟੀ ਦੱਸ ਦਿਓ, ਕੋਈ ਹੋਰ ਕੰਮ ਦੱਸ ਦਿਓ ਜਿਹੜਾ ਚੰਗਾ ਹੋਇਆ। ਸੋ ਸਭ ਦਾ ਧੰਨਵਾਦ, ਮਿਹਰਬਾਨੀ। ਨਹੀਂ, ਇੱਕ ਸਵਾਲ